ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ BC PNP ਅਤੇ ਅੰਟਾਰੀਓ ਇਮੀਗ੍ਰੇਸ਼ਨ ਨਾਮਜ਼ਦ ਪ੍ਰੋਗਰਾਮ ਯਾਨੀ OAINP ਨੇ ਆਪਣੇ ਸਬੰਧਤ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮਾਂ PNP ਰਾਹੀਂ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸੱਦੇ ਪੱਤਰ ਜਾਰੀ ਕੀਤੇ ਹਨ ਪ੍ਰਵਿਸ਼ੇ ਨਾਮਜ਼ਦ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਪੂਰੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਉਤਸ਼ਾਹਿਤ ਕਰਦੇ ਹੋਏ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨੂੰ ਸੰਘੀ ਸਰਕਾਰ ਨਾਲ ਇਮੀਗ੍ਰੇਸ਼ਨ ਜ਼ਿੰਮੇਵਾਰੀ ਨੂੰ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ ਜਦੋਂ ਕਿ ਸੂਬੇ ਨਾਮਜ਼ਦਗੀ ਪ੍ਰਾਪਤ ਕਰਨਾ ਆਪਣੇ ਆਪ ਸਥਾਈ ਨਿਵਾਸ ਦਾ ਦਰਜਾ ਨਹੀਂ ਦਿੰਦਾ ਇਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ 600 ਵਿਆਪਕ ਦਰਜਾ ਬੰਦੇ ਸਿਸਟਮਸ ਸੀਆਰਐਸਐਸ ਪੁਆਇੰਟ 4 ਦੇ ਉਮੀਦਵਾਰਾਂ ਦੀ ਅਰਜ਼ੀ ਨੂੰ ਹੱਤਪੂਰਨ ਤੌਰ ਤੇ ਵਿਦਾਨਦਾ ਹੈ ਭਵੇਂ ਇੱਕ ਵਿੱਚ ਅਰਜ਼ੀ ਦੇਣ ਲਈ ਸੱਦਾ ਆਈਟੀਏ ਨੂੰ ਹੋਰ ਵੀ ਯਕੀਨੀ ਬਣਾਉਂਦਾ ਹੈ ਦੱਸ ਦੇ ਕਿ 17 ਅਕਤੂਬਰ ਨੂੰ 온ਟਾਰੀਓ ਇਮੀਗ੍ਰੇਸ਼ਨ ਨਾਮਜ਼ਦ ਪ੍ਰੋਗਰਾਮ ਨੇ ਉਹਨਾਂ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤਾ ਜੋ ਐਕਸਪ੍ਰੈਸ ਐਂਟਰੀ ਸਕੈਲ ਟ੍ਰੇਡ ਸਟ੍ਰੀਮ ਦੇ ਯੋਗਸਾਨ ਹੈ ਜਿਸ ਵਿੱਚ 405 ਤੋਂ 435 ਦੀ ਰੇਂਜ ਦੇ ਅੰਦਰ ਵਿੱਚ ਇੱਕ ਵਿਆਪਕ ਰਿੰਗਿੰਗ ਸਿਸਟਮ ਸੀਆਰਐਸ ਕੋਰ ਵਾਲੇ ਉਮੀਦਵਾਰਾਂ ਨੂੰ 1307 ਸੱਦੇ ਜਾਰੀ ਕੀਤੇ ਗਏ ਹਨ ਸਬੰਧਤ ਰਾਸ਼ਟਰੀ ਕੀਤਾ ਵਰਗੀਕਰਨ ਐਨਓਸੀ ਕੋਡਾ ਵਿੱਚ ਕੰਮ ਕਰਨ ਵਾਲਿਆਂ ਨੂੰ ਇਸ ਦੇ ਨਾਲ ਹੀ 17 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਨਾਮਜ਼ਦ ਪ੍ਰੋਗਰਾਮ ਨਿਵਾਖਵਾਖ ਉਮੀਦਵਾਰਾਂ ਦੀ 64190 ਤੋਂ ਵੱਧ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤਾ ਹੈ ਪਹਿਲਾ ਟਰੱਕ ਇਹਨਾਂ ਤਰ੍ਹਾਂ ਵਿੱਚ ਇੱਕ ਆਮ ਚੋਣ ਸੀ ਬੀਸੀਪੀਐਨਪੀ ਨੇ 102 ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਇਸ ਡਰਾ ਦੇ ਟੁੱਟਣ ਨੂੰ ਹੀਠਾ ਦੇਖਿਆ ਜਾ ਸਕਦਾ ਹੈ ਦੱਸਦੇ ਕਿ ਬੀਸੀਪੀਐਨਪੀ ਨੇ ਹੁਨਰਮੰਦ ਵਰਗ ਅੰਤਰਰਾਸ਼ਟਰੀ ਗ੍ਰੈਜੂਏਟ శ్రీ ਮਰਾਹੀ ਖਾਸ ਉਮੀਦਵਾਰਾਂ ਵਿੱਚ ਪੇਸ਼ੇ ਅਨੁਭਵ ਵਾਲੇ ਉਮੀਦਵਾਰਾਂ ਲਈ ਨਿਸ਼ਾਨਾ ਡਰਾ ਵੀ ਅਯੋਜਿਤ ਕੀਤੇ ਹਨ ਇਸ ਨਾਲ ਤੁਹਾਨੂੰ ਦਾਸ ਦੀ ਕਿ 8 ਅਕਤੂਬਰ 2024 ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਦੇ ਇਮੀਗ੍ਰੇਸ਼ਨ ਜਨਸੰਖਿਆ ਵਿਭਾਗ ਵਿਕਾਸ ਅਤੇ ਹੁਨਰਮੰਦ ਵਿਭਾਗ ਨੇ ਘੋਸ਼ਣਾ ਕੀਤੀ ਹੈ ਉਸਨੇ 2024 ਦੇ ਸਾਲ ਲਈ ਸੂਬਈ ਨਾਮਜ਼ਦਗੀਆਂ ਦੀਆਂ ਲਗਭਗ ਪੂਰੀ ਫੰਡ ਦੀ ਵਰਤੋਂ ਕੀਤੀ ਹਰ ਸਾਲ ਇਮੀਗ੍ਰੇਸ਼ਨ ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਸਾਲਾਂ ਦੀ ਇਮੀਗ੍ਰੇਸ਼ਨ ਪੱਤਰੀ ਯੋਜਨਾ ਵਿੱਚ ਕੈਨੇਡਾ ਵਿੱਚ ਸਵਾਗਤ ਕੀਤੇ ਜਾਣ ਵਾਲੇ ਥਾਈ ਨਿਵਾਸੀਆਂ ਦੀ ਕੁੱਲ ਸੰਖਿਆ ਲਈ ਇੱਕ ਟਿਚਾ ਅੰਦਰ ਧਾਰਤ ਕਰਦਾ ਹੈ ਇਸ ਵਿੱਚ ਉਹ ਸ਼ਾਮਲ ਹਨ ਜੋ ਪੀਐਨਪੀ ਰਹੀ ਆਉਣਗੇ ਇਸ ਦੇ ਨਾਲ ਦਾ ਅਸ ਦੇ ਕਿ ਇਹ ਟੀਚਾ ਹਰੇਕ ਭਾਗ ਲੈਣ ਵਾਲੇ ਸੂਬੇ ਅਤੇ ਖੇਤਰ ਕਯੂਬਿਕ ਨੂਨਾਵਤ ਵਿੱਚ ਪੀਐਨਪੀ ਨਹੀਂ ਹੈ ਇਸ ਦੇ ਲਈ ਨਾਮਜ਼ਦਗੀ ਦੀ ਇੱਕ ਖਾਸ ਵੰਡ ਵਿੱਚ ਵੰਡਿਆ ਗਿਆ ਹੈ ਹਰੇਕ ਪ੍ਰਾਪਤ ਨਾਮਜ਼ਦਗੀ ਦੀ ਵੱਖਰੀ ਵੰਡ ਪ੍ਰਾਪਤ ਹੁੰਦੀ ਹੈ ਜੋ ਕਿ ਆਰਥਿਕ ਇਮੀਗ੍ਰੇਸ਼ਨ ਦੀ ਉਮੀਦਵਾਰਾਂ ਦੀ ਚੋਣ ਕਰਨ ਲਈ ਵਰਤ ਸਕਦੇ ਹਨ